viewers break ਤੋਂ ਪਾ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਹੁਣ ਸਵਾਲ ਦਾ ਸੈਕਸ਼ਨ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਐਮਿਤ ਅੱਜ 1713 ਦੇ ਵਿੱਚ ਫਰੂਖਸ਼ੇਰ ਦਿੱਲੀ ਦਾ ਬਾਦਸ਼ਾਹ ਬਣਿਆ ਜੀ ਬਹਾਦਰ ਸ਼ਾ ਔਰੰਗਜ਼ੇਬ ਦਾ ਲੜਕਾ ਸੀ ਉਹਨੇ ਆਪਣੇ ਭਰਾਵਾਂ ਨੂੰ ਮਾਰਿਆ ਬਾਦਸ਼ਾਹ ਬਣਿਆ ਬਹਾਦਰ ਸ਼ਾ ਦੇ ਤਿੰਨ ਜਿਹੜੇ ਨੇ ਚਾਰ ਲੜਕੇ ਸੀ ਉਹਨਾਂ 'ਚ ਇੱਕ ਜਿਹੜਾ ਜਹਾਂਦਾਰ ਸ਼ਾ ਸੀ ਉਹਨੇ ਆਪਣੇ ਬਾਕੀ ਤਿੰਨ ਭਰਾਵਾਂ ਨੂੰ ਮਾਰਤਾ ਆ ਬਾਦਸ਼ਾਹ ਬਣਿਆ ਪਰ ਬਹੁਤੀ ਦੇਰ ਚੱਲਿਆ ਨਹੀਂ ਸਾਲ ਦੋ ਸਾਲ ਬਾਅਦ ਹੀ ਉਹਦਾ ਇੱਕ ਭਤੀਜਾ ਹੀ ਜਿਹਦਾ ਨਾਮ ਫਰੂਖ ਸਿਆਰ ਸੀ ਉਹ ਖਲੋ ਗਿਆ ਉਹਨੇ ਉਹਨੂੰ ਮਾਰ ਦਿੱਤਾ ਆਪਣੇ ਚਾਚੇ ਜਾਂ ਤਾਏ ਨੂੰ ਜੋ ਵੀ ਸੀ ਉਹ ਦਿੱਲੀ ਦਾ ਬਾਦਸ਼ਾਹ ਬਣਿਆ ਫਰੂਖ ਸਿਆਰ ਨੇ ਫਿਰ ਸਿੱਖਾਂ ਦੇ ਉੱਤੇ ਬਹੁਤ ਜ਼ੁਲਮ ਕੀਤੇ ਔਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਜਿਵੇਂ ਟਾਰਚਰ ਕਰਕੇ ਸ਼ਹੀਦ ਕੀਤਾ ਬਟ ਫਰੂਖ ਸਿਆਰ ਦਾ ਫਿਰ ਆਪਣਾ ਐਂਡ ਵੀ ਮਾੜਾ ਹੋਇਆ ਕਿਉਂਕਿ ਜਦੋਂ ਬਹਾਦਰ ਸ਼ਾਹ ਦਾਏ ਤੋਂ ਬਾਅਦ ਤਖਤ ਤੇ ਬੈਠਾ ਫਰੂਕਸ਼ੇਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿੰਦਾ ਵੀ ਦੱਸ ਤੂੰ ਕਿਵੇਂ ਮਰਨਾ ਚਾਹੁੰਦਾ ਜੀ ਕਿਵੇਂ ਤੈਨੂੰ ਮਾਰਿਆ ਜਾਏ ਤੋਨੇ ਕਿਹਾ ਸੀ ਵੀ ਜਿਵੇਂ ਤੂੰ ਆਪਣੀ ਮੌਤ ਚਾਹੁੰਦਾ ਸੋ ਬਾਬਾ ਬੰਦਾ ਸਿੰਘ ਨੂੰ ਅੰਨੇ ਕੀਤਾ ਗਿਆ ਸ਼ਹੀਦ ਕੀਤਾ ਗਿਆ ਔਰ ਫਰੂਕਸ਼ੇਰ ਨੂੰ ਵੀ ਅਲਟੀਮੇਟਲੀ ਅੰਨੇ ਕਰਕੇ ਹੀ ਮਾਰਿਆ ਗਿਆ ਸੀ ਇਹ ਵੀ ਕਈ ਵਾਰੀ ਨਸਟਿਕ ਕਾਨੂੰਨ ਹੁੰਦੇ ਨੇ ਜੀ 1927 ਦੇ ਵਿੱਚ ਸੰਤ ਅਤਰ ਸਿੰਘ ਜਿਹੜੇ ਮਸਤੂਆਣੇ ਵਾਲੇ ਕਰਕੇ ਜਾਣੇ ਜਾਂਦੇ ਨੇ ਜੀ ਉਹਨਾਂ ਨੇ ਚੜ੍ਹਾਈ ਕੀਤੀ 1936 ਦੇ ਵਿੱਚ ਕਿਰਪਾਨ ਦੇ ਪਹਿਨਣ ਤੇ ਪਾਬੰਦੀ ਹਟ ਗਈ ਕਿਉਂਕਿ ਲਾਹੌਰ ਦੇ ਵਿੱਚ ਕੈਜੀਟੇਸ਼ਨ ਚੱਲ ਰਹੀ ਸੀ ਉਸ ਵੇਲੇ ਦੀ ਸਰਕਾਰ ਨੇ ਕਿਰਪਾਨ ਤੇ ਪਾਬੰਦੀ ਲਾਇਕ ਮੋਰਚਾ ਲੱਗ ਗਿਆ ਕਿਰਪਾਨ ਦਾ ਬਟ ਇਵੈਂਚੁਅਲੀ ਉਸ ਵੇਲੇ ਦੀ ਪੰਜਾਬ ਸਰਕਾਰ ਨੂੰ ਉਹ ਪਾਬੰਦੀ ਵਾਪਸ ਲੈਣੀ ਪਈ ਜੀ 1939 ਦੇ ਵਿੱਚ ਕਾਂਗਰਸ ਦੇ ਡੈਲੀਗੇਟ ਸੈਸ਼ਨ ਦੇ ਵਿੱਚ ਸੁਭਾਸ਼ ਚੰਦਰ ਬੋਸ ਨੇ ਗਾਂਧੀ ਨਹਿਰੂ ਰਾਜਗੋਪਾਲਾ ਚਾਰੀਆ ਅ ਅਚਾਰੀਆ ਕਰਪਲਾਨੀ ਪਟੇਲ ਇਹਨਾਂ ਦਾ ਕੈਂਡੀਡੇਟ ਸੀ ਸੀਤਾ ਰਮਈਆ ਜੀ ਆ ਕਾਂਗਰਸ ਦੇ ਪ੍ਰੈਜ਼ੀਡੈਂਟ ਲਈ ਸੋ ਲੇਕਿਨ ਜਿਹੜੇ ਸਿੱਖ ਸੀ ਡੈਲੀਗੇਟ ਔਰ ਦੂਸਰੇ ਵੀ ਸੁਬਾਚੰਦਰ ਬੋਸ ਕਿਉਂਕਿ ਬੜੀ ਕਲੀਨ ਥਿੰਕਿੰਗ ਦਾ ਇਮਾਨਦਾਰ ਕਿਸਮ ਦਾ ਬੰਦਾ ਸੀ ਸੋ ਉਹਨਾਂ ਨੇ ਸਪੋਰਟ ਸੁਬਾਚੰਦਰ ਬੋਸ ਨੂੰ ਕੀਤੀ ਸੋ ਇਹ ਸੀਤਾ ਰਮਈਆ ਹਾਰ ਗਿਆ ਸੀ ਔਰ ਗਾਂਧੀ ਨੇ ਕਿਹਾ ਜੀ ਇਟਸ ਮਾਈ ਪਰਸਨਲ ਡੀਫੀਟ ਇਹ ਮੇਰੀ ਨਿੱਜੀ ਹਾਰ ਹੈ ਸੋ ਇਹ ਅੱਜ ਦੇ ਦਿਨ ਹੋਇਆ ਵਰਲਡ ਹਿਸਟਰੀ ਦੇ ਹਵਾਲੇ ਨਾਲ 1627 ਦੇ ਵਿੱਚ ਸਪੇਨ ਦੀ ਸਰਕਾਰ ਬਿਲਕੁਲ ਬੈਂਕਰਪਟ ਹੋ ਗਈ ਦਿਵਾਲੀਆ ਹੋ ਗਈ ਜੀ ਇਸੇ ਤਰ੍ਹਾਂ ਦੀ ਸਿਚੁਏਸ਼ਨ ਹੁਣ ਪਿੱਛੇ ਗ੍ਰੀਸ ਦੀ ਬਣ ਗਈ ਸੀ ਪਰ ਯੂਰਪੀਅਨ ਯੂਨੀਅਨ ਨੇ ਪੈਸੇ ਪੁੱਸੇ ਦੇ ਕੇ ਬਚਾ ਲਏ ਜੀ 1863 ਦੇ ਵਿੱਚ ਪਹਿਲੀ ਜਿਹੜੇ ਕਾਲੇ ਨੇ ਅਮਰੀਕਾ ਦੇ ਉਹ ਸਿਵਲ ਵਾਰ ਦੇ ਵਿੱਚ ਉਹਨਾਂ ਦੀ ਪਹਿਲੀ ਰੈਜiment ਬਣੀ ਸਾਊਥ ਕੈਰੋਲਾਈਨਾ ਚ ਜੀ 1865 ਦੇ ਵਿੱਚ 13th ਐਮੈਂਡਮੈਂਟ 13ਵਾਂ ਐਮੈਂਡਮੈਂਟ ਅਮਰੀਕਨ ਸੰਵਿਧਾਨ ਦੇ ਵਿੱਚ ਹੋਈ ਜਿਹਦੇ ਥੱਲੇ ਗੁਲਾਮੀ ਨੂੰ ਖਤਮ ਕੀਤਾ ਗਿਆ ਜੀ 1871 ਦੇ ਵਿੱਚ ਸਡਨਲੀ ਸੈਨ ਫਰਾਂਸਿਸਕੋ ਦੇ ਉੱਤੇ ਮਿਲੀਅਨਸ ਆਫ ਬਰਡਸ ਲੱਖਾਂ ਪੰਛੀ ਜਿਹੜੇ ਨੇ ਕੋਵੇੜੇ ਅਸਮਾਨ ਦੇ ਉੱਤੇ ਆ ਗਏ ਔਰ ਉਹ ਸਾਰੀ ਜਿਹੜੀ ਇਹ ਧਰਤੀ ਹੈ ਥੱਲੇ ਡਾਰਕ ਹਨੇਰਾ ਹੋ ਗਿਆ ਜੀ ਉਹ ਅਜੇ ਤੱਕ ਨਹੀਂ ਪਤਾ ਲੱਗਿਆ ਵੀ ਕਿਉਂ ਇੱਕੋ ਵੇਲੇ ਇਕੱਠੇ ਹੋਏ ਜੀ ਅ ਅੱਜ ਅਸੀਂ ਕਿਸੇ ਵੀ ਚੀਜ਼ ਨੂੰ ਜੋੜਨ ਦੇ ਲਈ ਜਾਂ ਉਹਦੇ ਲਈ ਸਕਾਚ ਟੇਪ ਇਸਤੇਮਾਲ ਕਰਦੇ ਹਾਂ ਵੀ ਲਿਆਓ ਸਕਾਚ ਟੇਪਸ ਜੀ ਸੋ ਇਹ 1928 ਦੇ ਵਿੱਚ ਪਹਿਲੀ ਵਾਰ 3M ਕੰਪਨੀ ਨੇ ਇਹਨੂੰ ਮਾਰਕੀਟ ਕੀਤਾ ਸੀ ਸਕੌਚ ਟੇਪ ਨੂੰ ਜੀ 1928 ਦੇ ਵਿੱਚ ਲਿਓਨ ਟ੍ਰੋਸਟਰਾਏ ਜਿਹੜਾ ਕਿ ਬੜਾ ਵੱਡਾ ਲੀਡਰ ਸੀ ਕਮਿਨਿਸਟਾਂ ਦਾ ਲੇਕਿਨ ਉਹ ਉਸ ਨੂੰ ਬਾਹਰ ਕੱਢ ਦਿੱਤਾ ਉਹਨੇ ਸਟਾਲਿਨ ਨੇ ਔਰ ਉਹ ਟਰਕੀ ਆ ਗਿਆ 1946 ਦੇ ਵਿੱਚ ਯੂਗੋਸਲਾਵੀਆ ਨੇ ਆਪਣਾ ਨਵਾਂ ਸੰਵਿਧਾਨ ਜਿਹੜਾ ਹੈ ਉਹ ਐਕਸੈਪਟ ਕੀਤਾ ਜੀ ਫੈਡਰਲ ਰਿਪਬਲਿਕ ਬਣਿਆ ਉਹੀ ਆਰਟੀਫੀਸ਼ੀਅਲੀ ਜਵੇਂ ਇੰਡੀਆ ਬਣਿਆ ਸੀ ਤੋ 1992 ਤੋਂ ਬਾਅਦ ਯੂਗੋਸਲਾਵੀਆ ਟੁੱਟ ਗਿਆ ਇਵੇਂ ਹੀ ਜਿਵੇਂ ਇੰਡੀਆ ਨੇ ਟੁੱਟਣਾ ਜੀ 1950 ਦੇ ਵਿੱਚ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੂਮਨ ਨੇ ਐਲਾਨ ਕੀਤਾ ਕਿ ਉਹ ਹਾਈਡਰੋਜਨ ਬੋਮਬ ਬਣਾਏਗਾ ਉਹਨੂੰ ਸਹਿਮਤੀ ਦਿੱਤੀ ਉਹਨੇ 1958 ਚ ਪਹਿਲੀ ਵਾਰ ਪਹਿਲੀ ਆਰਟੀਫੀਸ਼ੀਅਲ ਸੈਟੇਲਾਈਟ ਐਕਸਪਲੋਰਰ 1 ਅਮਰੀਕਾ ਨੇ ਸਪੇਸ ਦੇ ਵਿੱਚ ਭੇਜੀ ਜੀ ਔਰ 2011 ਦੇ ਵਿੱਚ 20 ਸਾਲ ਬਾਅਦ ਬਰਮਾ ਜਿਹਨੂੰ ਅੱਜ ਹੁਣ ਮਿਆਂਮਾਰ ਕਹਿੰਦੇ ਨੇ ਉਹਨਾਂ ਦੀ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਔਰ ਸੂਕੇ ਚਿੰਨ ਜਿਹਨੂੰ ਪਹਿਲਾਂ ਹਾਊਸ ਅਰੈਸਟ ਥੱਲੇ ਰੱਖਿਆ ਹੋਇਆ ਸੀ ਨੋਬਲ ਪ੍ਰਾਈਜ਼ ਵੀ ਉਹਨੂੰ ਮਿਲਿਆ ਉਹ ਜਿਹੜੀ ਹੈ ਵਾਪਸ ਪੋਲਿਟਿਕਸ ਦੇ ਵਿੱਚ ਆਈ ਔਰ ਉਹਦੀ ਸਰਕਾਰ ਹੈ ਹੋ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡਾ ਪਹਿਲਾ ਸਵਾਲ ਹੈ ਮੀਡੀਆ ਰਿਪੋਰਟਾਂ ਅਨੁਸਾਰ ਫਿਲਮ ਕੌਮ ਦੇ ਹੀਰੇ ਨੂੰ ਭਾਰਤੀ ਸੈਂਸਰ ਬੋਰਡ ਨੇ ਪ੍ਰਵਾਨਗੀ ਨਹੀਂ ਦਿੱਤੀ ਐਸਾ ਕਿਉਂ ਡਾਕਟਰ ਸਾਹਿਬ ਦੇਖੋ ਕੌਮ ਦੇ ਹੀਰੇ ਰਾਜ ਕਾਕੜੇ ਔਰ ਉਹਦੇ ਸਾਥੀਆਂ ਨੇ ਸ਼ਹੀਦ ਬਿਆਨ ਸਿੰਘ ਸ਼ਹੀਦ ਸਦਵੰਤ ਸਿੰਘ ਸ਼ਹੀਦ ਕੇਰ ਸਿੰਘ ਦੇ ਉੱਤੇ ਫਿਲਮ ਬਣਾਈ ਹੈ ਜੀ ਇਹਨਾਂ ਦਾ ਇੱਕ ਅੱਧਾ ਮੇਨ ਗਾਣਾ ਵੀ ਰਿਲੀਜ਼ ਹੋਇਆ ਔਰ ਫਿਲਮ ਵੀ ਜਿਹੜੀ ਹੈ ਸ਼ਾਇਦ ਰਿਲੀਜ਼ ਹੋ ਗਈ ਜਾਂ ਹੋ ਰਹੀ ਹੈ ਜੀ ਅ ਸੂਝਾਰ ਹੈ ਕਿ ਉੱਥੋਂ ਦਾ ਜਿੰਨਾ ਮਰਜ਼ੀ ਕਹਿ ਦੇਣ ਕਿ ਜੀ ਮੀਡੀਆ ਆਜ਼ਾਦ ਹੈ ਫਿਲਮਾਂ ਜੋ ਮਰਜ਼ੀ ਬਣ ਹੁਣ ਨਥੂ ਰਾਮ ਗੋੜਸੇ ਜਿਹਨੇ ਗਾਂਧੀ ਨੂੰ ਮਾਰਿਆ ਜੀ ਉਸ ਦੇ ਉੱਤੇ ਤਾਂ ਫਿਲਮ ਬਣ ਸਕਦੀ ਹੈ ਡਰਾਮਾ ਬਣ ਸਕਦਾ ਹੈ ਸਾ ਵਰਕਰ ਵਰਗਾ ਜਿਹੜਾ ਬਿਲਕੁਲ ਦੈਸ਼ਤਗਰਦੀ ਜੀ ਯਕੀਨ ਰੱਖਦਾ ਸੀ ਔਰ ਸਾਵਰਕਰ ਵੀ ਗਾਂਧੀ ਦੇ ਅਸੈਸੀਨੇਸ਼ਨ ਦਾ ਜਿਹੜਾ ਰੀਅਲ ਥਿੰਕ ਟੈਂਕ ਸੀ ਨਥੁਰਾਮ ਗੋੜਸੇ ਦੇ ਪਿੱਛੇ ਜੀ ਉਹ ਸੀ ਹੁਣ ਇਹਨਾਂ ਦੀਆਂ ਫਿਲਮਾਂ ਬਣ ਸਕਦੀਆਂ ਉੱਥੇ ਕਾਤਲਾਂ ਨੂੰ ਸੈਲੀਬ੍ਰੇਟ ਕੀਤਾ ਜਾ ਸਕਦਾ ਹੈ ਲੇਕਿਨ ਇਹ ਦੋ ਯੋਧੇ ਬਿਆਨ ਸਿੰਘ ਸਤਵੰਦ ਸਿੰਘ ਕੇਰ ਸਿੰਘ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਸਿਰਫ ਤੇ ਸਿਰਫ ਇਸ ਲਈ ਇੰਦਰਾ ਗਾਂਧੀ ਨੂੰ ਸਜ਼ਾਇਆ ਆਫਤ ਤੱਕ ਕੀਤਾ ਕਿ ਉਹਨੇ ਹਜ਼ਾਰਾਂ ਬੇਗੁਨਾਹਾਂ ਨੂੰ ਮਾਰਿਆ ਸੀ ਜੀ ਹੁਣ ਇਹ ਜੀ ਫਿਲਮ ਨਹੀਂ ਉੱਥੇ ਚੱਲ ਸਕਦੀ ਸੋ ਸੈਂਸਰ ਬੋਰਡ ਨੇ ਉਹਦੇ ਤੇ ਇਤਰਾਜ਼ ਲਾਇਆ ਕਿ ਜੀ ਇਹ ਤਾਂ ਕਾਤਲ ਨੇ ਉਹਨਾਂ ਦਾ ਜਿਹੜਾ ਵੀ ਮੈਂਬਰ ਸੀ ਉਹਨੇ ਇਹੀ ਕਿ ਸੋ ਹੁਣ ਇਹਨਾਂ ਦਾ ਜਿਹੜਾ ਇਹ ਵਕੀਲਾ ਨਾਲ ਗੱਲ ਕਰਕੇ ਦੇਖ ਰਹੇ ਨੇ ਕਿ ਵੀ ਉਹਨੂੰ ਦੁਬਾਰਾ ਕਿਵੇਂ ਅਪਰੂਵਲ ਦੇ ਲਈ ਕਿਹਾ ਜਾਏ ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਜਿਸ ਕਿਸਮ ਦਾ ਮਾਹੌਲ ਹੁਣ ਇਲੈਕਸ਼ਨਾਂ ਆਉਣ ਵਾਲੀਆਂ ਨੇ ਹਾਂ ਇਹ ਤਾਂ ਹੈ ਕਿ ਵੀ ਜੇ ਨਵੰਬਰ 84 ਦਾ ਇਹ ਇਸ਼ੂ ਜਿਵੇਂ ਹੁਣ ਹਾਈਲਾਈਟ ਹੋਇਆ ਹੈ ਰਾਹੁਲ ਗਾਂਧੀ ਦੇ ਬਿਆਨ ਨੇ ਜਿਵੇਂ ਉਹ ਬਿਲਕੁਲ ਕਾਂਗਰਸ ਨੂੰ ਐਕਸਪੋਜ਼ ਕੀਤਾ ਹੈ ਜੀ ਕੋਈ ਬੀਜੇਪੀ ਵਾਲਾ ਜਾਂ ਕੋਈ ਕਿਤੇ ਆ ਕੇ ਕੋਈ ਉਹਨੂੰ ਮਾੜੀ-ਮੋਟੀ ਕਲੀਅਰੈਂਸ ਦੇ ਦੇ ਪਰ ਬੰਨੂੰ ਲੱਗਦਾ ਨਹੀਂ ਸੋ ਮਨੂੰ ਲੱਗਦਾ ਹੈ ਵੀ ਇਹਦੀ ਮਾਰਕੀਟ ਬਾਹਰ ਹੀ ਹੋਏਗੀ ਔਰ ਉੱਥੇ ਸ਼ਾਇਦ ਇਸ ਫਿਲਮ ਨੂੰ ਕਦੇ ਵੀ ਹੋ ਰਿਲੀਜ਼ ਨਾ ਹੋਣ ਦੇ ਜੀ ਸੋ ਕਿਉਂਕਿ ਸੱਚ ਸੁਣਨ ਦੇ ਆਦੀ ਨਹੀਂ ਨੇ ਔਰ ਖਾਸ ਤੌਰ ਤੇ ਜੇ ਘਟ ਗਣਤੀਆਂ ਨਾਲ ਸੰਬੰਧਿਤ ਹੈ ਜੀ ਤੇ ਫਿਰ ਉਹ ਸਾਰੇ ਇੱਕੋ ਨੇ ਕਿਉਂਕਿ ਭਾਜਪਾ ਔਰ ਕਾਂਗਰਸ ਦੋਨਾਂ ਦਾ ਹੀ ਰੂਲ ਸੀ ਇੰਦਰਾ ਗਾਂਧੀ ਨੂੰ ਦੁਰਗਾ ਵੀ ਭਾਜਪਾ ਨੇ ਬਣਾਇਆ ਸੀ ਔਰ ਅਡਵਾਨੀ ਨਹੀਂ ਕਿਹਾ ਕਿ ਜੀ ਇਹ ਤਾਂ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ ਮੇਰੇ ਪਾਰਲੀਮੈਂਟ ਦੀ ਸਪੀਚ ਤੋਂ ਬਾਅਦ ਹੀ ਇੰਦਰਾ ਗਾਂਧੀ ਨੇ ਮਨ ਬਣਾਇਆ ਨਹੀਂ ਤਾਂ ਉਹ ਤਾਂ ਢੋਲ ਰਹੀ ਸੀ ਕਿ ਵੀ ਉਹ ਹਮਲਾ ਕਰੇ ਜਾਂ ਨਾ ਕਰੇ ਜੀ ਸੋ ਸੈਂਸਰ ਬੋਰਡਸ ਵੀ ਉਸ ਕਿਸਮ ਦੇ ਲੋਕ ਬੈਠੇ ਹੋਏ ਨੇ ਜੀ ਸਾਡਾ ਅਗਲਾ ਸਵਾਲ ਹੈ ਹਿਊਮਨ ਰਾਈਟਸ ਵਾਚ ਦੀ ਰਿਪੋਰਟ ਅਨੁਸਾਰ ਸੀਰੀਆ ਸਰਕਾਰ ਨੇ ਹਜ਼ਾਰਾਂ ਘਰਾਂ ਦੇ ਉੱਤੇ ਬਲਡੋਜ਼ਰ ਚਲਾਏ ਹਨ ਐਸਾ ਕਿਉਂ ਡਾਕਟਰ ਸਾਹਿਬ ਦੇਖੋ ਸੀਰੀਆ ਦੇ ਵਿੱਚ ਆਲਮੋਸਟ ਇੱਕ ਜਿਹੜੀ ਹੈ ਸਿਵਲ ਵਾਰ ਚੱਲ ਰਹੀ ਹੈ ਜੀ ਔਰ ਉਹਦੇ ਚ ਬਹੁਤ ਵੱਡਾ ਰੋਲ ਅਮਰੀਕਾ ਔਰ ਯੂਰੋਪੀਅਨ ਪਾਵਰਸ ਦਾ ਹੈ ਸੀਰੀਆ ਨੂੰ ਅਨਸਟੇਬਲ ਕਰਨਾ ਚਾਹੁੰਦੇ ਨੇ ਜੀ ਔਰ ਜ਼ਾਹਰ ਹੈ ਵੀ ਸੀਰੀਆ ਦੀ ਗਵਰਨਮੈਂਟ ਆਪਣੀ ਜਿਹੜੀ ਹੈ ਰਾਜ ਨੂੰ ਪ੍ਰੋਟੈਕਟ ਕਰਨ ਦੇ ਲਈ ਕਿਸੇ ਹੱਦ ਤੱਕ ਵੀ ਜਾਣ ਦੇ ਲਈ ਉਹ ਤਿਆਰ ਹੈ ਔਰ ਇਸੇ ਲਈ ਇਹ ਵੀ ਜਿਹੜੀ ਹਿਊਮਨ ਰਾਈਟਸ ਵਾਚ ਦੀ ਰਿਪੋਰਟ ਹੈ ਇਹਨਾਂ ਨੇ ਕਿਹਾ ਜੀ ਅਸੀਂ 2012 ਤੋਂ 2013 ਦੇ ਵਿੱਚ ਸੈਟੇਲਾਈਟ ਰਾਈ ਪਿਕਚਰਸ ਲਈਆਂ ਹੈ ਕਿ ਜਿਹੜਾ ਬੁਲਡੋਜ਼ਰਸ ਦੇ ਨਾਲ ਜਿਹੜੇ ਵਿਰੋਧੀ ਨੇ ਉਹਨਾਂ ਦੇ ਇਲਾਕਿਆਂ 'ਚ ਉਹਨਾਂ ਦੇ ਘਰਾਂ ਨੂੰ ਢਾਇਆ ਗਿਆ ਫਿਰ ਮੈਂ ਜਦੋਂ ਇਸ ਖਬਰ ਦਾ ਵੇਰਵਾ ਦੇਖਿਆ ਤੇ ਮੈਨੂੰ ਲੱਗਾ ਕਿ ਵੀ ਇਹ ਤਾਂ ਸਾਡੇ ਤੇ ਵੀ ਠੁੱਕਦਾ ਹੈ ਕਿ ਜੇ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਜੇ ਇਹ ਜਿਹੜਾ ਕਲੈਕਟਿਵ ਕਿਸੇ ਪ੍ਰਾਪਰਟੀ ਦਾ ਡੈਮੇਜ ਕਰਨਾ ਹੈ ਇਹ ਵਾਰ ਕਰਾਇਮ ਬਣਦਾ ਹੈ ਇਹ ਹਿਊਮਨ ਰਾਈਟ ਵਾਚ ਨੇ ਕਿਹਾ ਇਸ ਲਈ ਜਿਹੜੀ ਸੀਰੀਆ ਦੇ ਖਿਲਾਫ ਚ ਗੱਲ ਨੂੰ ਵਾਰ ਕਰਾਇਮ ਦਾ ਮੁਕਦਮਾ ਚਲਾਣਾ ਹੈ ਤੇ ਇਹ ਪੁਆਇੰਟ ਨੂੰ ਹੋਰ ਵੀ ਮਜ਼ਬੂਤ ਕਰ ਦੇ। ਸੋ ਮੇਰੇ ਦਿਮਾਗ 'ਚ ਆਇਆ ਵੀ ਇਹਨਾਂ ਨੇ ਤਾਂ ਜੂਨ 84 'ਚ ਕਿੰਨਾ ਵੱਡਾ ਵਾਰ ਕਰਾਇਮ ਕੀਤਾ ਹੈ। ਜੀ। ਜਦੋਂ ਕਿ ਅਕਾਲ ਤਖਤ ਦਾ ਹਿਸਟੋਰੀਕਲ ਸਾਡਾ ਟਾਇਟ ਆਇਆ ਉਸ ਦੇ ਪਿੱਛੇ ਜਿੰਨੇ ਬਾਜ਼ਾਰ ਸੀ ਟੁਗੇਦਰ ਜਿਹੜੇ ਉਹਨਾਂ ਦੇ ਉੱਤੇ ਗੋਲੇ ਵਰਸਾਏ ਪੂਰੇ ਦੇ ਪੂਰੇ ਹਿਸਟੋਰੀਕਲ ਬਿਲਡਿੰਗਾਂ ਜਿਹੜੀਆਂ ਨੇ ਉਹ ਡਿਸਟਰੋਏ ਕੀਤੀਆਂ। ਜੀ। ਔਰ ਬਿਊਟੀਫਿਕੇਸ਼ਨ ਦੇ ਨਾਂ ਥੱਲੇ ਕਿ ਜੀ ਅਸੀਂ ਚਾਰ ਚੁਫੇਰੇ ਕੋਰੀਡੋਰ ਬਣਾਣਾ ਹੈ ਬੁਲਡੋਜ਼ਰਾਂ ਨਾਲ ਐਵੇਂ ਮੁਆਵਜ਼ੇ ਦੇ ਨਾਂ ਥੱਲੇ ਲੋਕਾਂ ਨੂੰ ਬਾਹਰ ਕੱਢ ਕੇ ਓਟਾ ਦਿੱਤੀਆਂ ਬਿਲਡਿੰਗਸ ਜੀ ਨਵੰਬਰ 84 ਦੇ ਵਿੱਚ ਉਹੀ ਹਾਲ ਥਾਂ ਥਾਂਈ ਸਿੱਖਾਂ ਦੇ ਗੁਰਦੁਆਰਿਆਂ ਦਾ ਘਰਾਂਦਾ ਕੀਤਾ ਜੀ ਸੋ ਜੇ ਸੀਰੀਆ ਨੇ ਆਪਣੇ ਦੇਸ਼ ਦੇ ਵਿੱਚ ਕੁਝ ਇਸ ਕਿਸਮ ਦੀ ਕਾਰਵਾਈ ਕੀਤੀ ਹੈ ਉਹ ਵਾਰ ਕਰਾਈ ਬਣਦਾ ਹੈ ਤੇ ਜੋ ਸਿੱਖਾਂ ਦੇ ਨਾਲ ਜੁਗੰਚਰਾਸੀ ਦੇ ਵਿੱਚ ਹੋਇਆ ਔਰ ਇਸੇ ਤਰ੍ਹਾਂ ਮੁਸਲਮਾਨਾਂ ਦਾ ਤਾਂ ਗੁਜਰਾਤ ਦੇ ਵਿੱਚ ਅਜੇ ਤੱਕ ਉਹ ਆਪਣੇ ਜ਼ਮੀਨਾਂ ਚ ਨਹੀਂ ਵਾਪਸ ਆ ਸਕੇ ਕਿਉਂਕਿ ਬਿਲਕੁਲ ਉਹਨਾਂ ਨੇ ਉਹਨਾਂ ਨੂੰ ਸਾਫ਼ ਕਰਕੇ ਕਿਹਾ ਜੀ ਇੱਥੇ ਤਾਂ ਤੁਹਾਡਾ ਹੈ ਹੀ ਕੁਝ ਨਹੀਂ ਹੈ ਸੋ ਇਹ ਵਾਰ ਕ੍ਰਾਈਮਨਲ ਨੇ ਜੀ ਲੇਕਿਨ ਇਹ ਹੈ ਵੀ ਕਿਉਂਕਿ ਅਮਰੀਕਾ ਜਾਂ ਯੂਰਪ ਦਾ ਹੁਣ ਇਸ ਵੇਲੇ ਸਰੀਆ ਨੂੰ ਉਹ ਸਬਕ ਸਿਖਾਉਣਾ ਚਾਹੁੰਦੇ ਨੇ ਹੁਣ ਅਜ ਅਮਰੀਕਾ ਨੇ ਨਾਲ ਇਹ ਵੀ ਕਿਹਾ ਹੈ ਕਿ ਜੇ ਸ਼ਾਇਦ ਉੱਥੇ ਕੋਈ ਖਤਰਨਾਕ ਹਥਿਆਰ ਨਾ ਹੋ ਕੋਈ ਹੋਰ ਨਾ ਹੋਏ ਸੋ ਇਹਨਾਂ ਦੀ ਨੀਅਤ ਸਾਫ਼ ਨਹੀਂ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਤੇ ਹੁਣ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦਾ ਕਬੀਤ ਨੰਬਰ 37 ਚੁਣਿਆ ਜੀ ਉਹਦੇ ਵਿੱਚ ਭਾਈ ਸਾਹਿਬ ਫਰਮਾਉਂਦੇ ਨੇ ਪੂਰਨ ਬ੍ਰह्म ਗੁਰ ਬੇਲ ਹੋਏ ਚੰਬੇਲੀ ਗਤ ਜੀ ਮੂਲ ਸ਼ਾਖਾ ਪੱਤਰਕਰ ਵਿਵਦ ਬਿਥਾਰ ਹੈ ਗੁਰ ਸਿਖ ਪਹੁ ਪ ਸੁਬਾਸ ਨਿਜ ਰੂਪ ਤਾਮੈ प्रगट हुए कर्त संसार को उदार है, तिल मिल बाष्ना सुबास को निवास कर, आपा खोए हुए, हुए है फुलेल महकार है, गुरुमुख मार्ग में पतत पुनीत रीत, संसारी हुए निरंकारी परुपकार है। जी। आ, इस कविता की मूल भावना यही है कि सतगुरु ਉਸ ਚਮੇਲੀ ਦੇ ਖੁਸ਼ਬੂ ਵਾਂਗ ਨੇ ਜੈਸਮਿਨ ਫਲਾਵਰ ਦੀ ਤਰ੍ਹਾਂ ਨੇ ਜੀ ਜਿਹੜੇ ਆਪ ਤਾਂ ਖੁਸ਼ਬੂ ਵੰਡਦੇ ਨੇ ਪਰ ਜਦੋਂ ਸਿੱਖ ਗੁਰੂ ਦਾ ਪੱਲਾ ਫੜ ਲੈਂਦੇ ਨੇ ਗੁਰੂ ਦੀ ਸੰਗਤ ਚ ਆ ਜਾਂਦੇ ਨੇ ਤੇ ਉਹ ਸਿੱਖ ਵੀ ਚਮੇਲੀ ਵਾਂਗ ਹੋ ਜਾਂਦੇ ਨੇ ਚਮੇਲੀ ਵਾਂਗ ਉਸੇ ਤਰ੍ਹਾਂ ਹੀ ਉਹ ਖੁਸ਼ਬੂ ਉਹਨਾਂ ਦੇ ਜੀਵਨ ਚ ਵੀ ਆ ਜਾਂਦੀ ਹੈ ਕਿਉਂਕਿ ਜੜ ਗੁਰੂ ਹੈ ਤੇ ਸਿੱਖ ਪੱਤੇ ਔਰ ਟਹਿਣੀਆਂ ਬਣ ਕੇ ਜਿਹੜਾ ਉਸ ਖੁਸ਼ਬੂ ਨੂੰ ਜਿਹੜਾ ਉਸ ਦਾ ਹਿੱਸਾ ਬਣਦੇ ਨੇ ਪੂਰਨ ਬ੍ਰह्म ਗੁਰ ਬੇਲ ਹੋਏ ਚੰਬੇਲੇ ਗੱਤ ਕੇ ਗੁਰੂ ਇੱਕ ਪੂਰੀ ਚਮੇਲੀ ਦੇ ਰੁੱਖ ਦੀ ਵਾਂਗ ਇੱਕ ਜੜ ਵੀ ਹੈ ਮੂਲ ਸ਼ਖਾ ਔਰ ਗੁਰ ਬੇਲ ਹੋਏ ਔਰ ਪੂਰੀ ਬੇਲ ਹੈ ਜਿਹੜੀ ਫੈਲਦੀ ਹੈ ਪੱਤਰ ਕਰ ਵਿਵਿਧ ਵਿਥਾਰ ਹੈ ਪੱਤੇ ਔਰ ਟਹਿਣੀਆਂ ਇਸ ਸਿੱਖ ਨੇ ਗੁਰ ਸਿੱਖ ਪਹੁ ਪੋ ਸੁਬਾਸ ਨਿਜ ਰੂਪਤਾ ਮੈਂ ਜੀ ਔਰ ਗੁਰੂ ਦੇ ਸਿੱਖ ਦੇ ਵਿੱਚ ਉਸ ਦੀ ਖੁਸ਼ਬੂ ਚਮੇਲੀ ਦੀ ਅੰਧੇ ਔਰ ਪ੍ਰਗਟ ਹੋਏ ਕਰਤ ਸੰਸਾਰ ਕੋ ਉਧਾਰ ਹੈ ਜਿਵੇਂ ਭਾਈ ਲਹਿਣਾ ਜੀ ਦੇ ਵਿੱਚ ਗੁਰੂ ਨਾਨਕ ਬੈਠ ਗਿਆ ਤੇ ਗੁਰੂ ਅੰਗਦ ਬਣਾ ਦਿੱਤਾ ਜੀ ਅਮਰਦਾਸ ਜੀ ਚ ਬੈਠ ਕੇ ਗੁਰੂ ਅਮਰਦਾਸ ਬਣਾ ਦਿੱਤਾ ਇਸੇ ਤਰ੍ਹਾਂ ਉਹਨਾਂ ਦੇ ਵਿੱਚ ਬੈਠ ਕੇ ਸੰਸਾਰ ਦਾ ਉਧਾਰ ਗੁਰੂ ਕਰਦੇ ਨੇ ਜੀ ਤਿਲ ਮਿਲ ਬਾਸਨਾ ਸੁਬਾਸ ਕੋ ਨਿਵਾਸ ਕਰ ਆਪਕ ਹੋਏ ਹੋਏ ਹੈ ਫੁਲੇਲ ਮਹਿਕਾਰ ਜਿਵੇਂ ਤਿਲ ਜਿਹੜਾ ਜੇ ਉਹ ਉਹਨਾਂ ਫੁੱਲਾਂ ਦੇ ਚੁਗਿਰਦੇ ਦੇ ਵਿੱਚ ਆ ਜਾਏ ਤੇ ਉਹ ਤਿਲ ਵੀ ਖੁਸ਼ਬੂ ਦੇ ਨਾਲ ਭਰ ਜਾਂਦਾ ਹੈ ਉਹ ਕਿਉਂਕਿ ਸਾਰਾ ਵਿਹੜਾ ਹੀ ਫੁਲੇਲ ਫੁੱਲਾਂ ਦੀ ਖੁਸ਼ਬੂ ਦਾ ਹਿੱਸਾ ਹੁੰਦਾ ਹੈ ਤੇ ਅਖੀਰ ਚ ਕਹਿੰਦੇ ਨੇ ਗੁਰਮੁਖ ਮਾਰਗ ਮੈਂ ਪਤਤ ਪੁਨੀਤ ਰੀਤ ਇਹ ਜਿਹੜਾ ਗੁਰੂ ਨਾਨਕ ਦਾ ਘਰ ਹੈ ਗੁਰੂ ਨਾਨਕ ਦੀ ਵਿਚਾਰਧਾਰਾ ਹੈ ਇਹਦੇ ਚ ਜਿਹੜਾ ਪਤਤ ਹੈ ਜਿਹੜਾ ਡਿੱਗਿਆ ਹੋਇਆ ਉਹ ਪੁਨੀਤ ਹੋ ਜਾਂਦਾ ਹੈ ਉਹ ਪਵਿੱਤਰ ਹੋ ਜਾਂਦਾ ਹੈ ਗੁਰਮੁਖ ਮਾਰਗ ਮੈਂ ਪਤਤ ਪੁਨੀਤ ਰੀਤ ਇਹ ਰੀਤ ਹੈ ਗੁਰੂ ਨਾਨਕ ਦੇ ਘਰ ਦੀ ਸੰਸਾਰੀ ਹੋਏ ਜਿਹੜਾ ਦੁਨੀਆਦਾਰੀ ਸੋਚ ਰੱਖਦਾ ਸੀ ਨਿਰੰਕਾਰੀ ਪਰਉਪਕਾਰ ਹੈ ਜਦੋਂ ਗੁਰੂ ਦੀ ਸ਼ਰਨ ਚ ਆਂਦਾ ਹੈ ਉਸ ਸੰਸਾਰੀ ਨੂੰ ਸੰਸਾਰਕ ਔਗਣ ਭੁੱਲ ਜਾਂਦੇ ਨੇ ਤੇ ਉਹ ਗੁਰੂ ਦਾ ਹੋ ਕੇ ਤੇ ਪਰਉਪਕਾਰੀ ਬਣ ਕੇ ਫਿਰ ਆਪਣਾ ਜੀਵਨ ਜਿਉਂਦਾ ਹੈ ਜੀ ਇਹ ਸਤਗੁਰੂ ਦੀ ਮਹਿਮਾ ਭਾਈ ਗੁਰਦਾਸ ਜੀ ਨੇ ਬੀਅੰਕੀ ਜੀ ਡਾਕਟਰ ਸਾਹਿਬ ਤੁਹਾਨੂੰ ਬਹੁਤ-ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਆਪਣੇ ਲਾਡਲੇ ਵੀਅਰਸ ਕੋਲ ਅਸੀਂ ਇਜਾਜ਼ਤ ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ s o s a c t i v i t y 4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ